ਤੇ ਹੁਣ ਰੁਕ ਕਰਾਂਗੇ ਪਟਿਆਲਾ ਦਾ ਜਿੱਥੇ ਬੜੀ ਧੂਮਧਾਮ ਨਾਲ ਲੋਹੜੀ ਮਨਾਈ ਜਾ ਰਹੀ ਹੈ ਤੇ ਨਾਲ ਨਾਲ ਇੰਤਜ਼ਾਮਾਂ ਦੀ ਗੱਲ ਵੀ ਕਰਾਂਗੇ ਪਰ ਪਹਿਲਾਂ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਨੱਚ ਟੱਪ ਕੇ ਪੂਰੇ ਰੋਹ ਦੇ ਨਾਲ ਲੋਹੜੀ ਮਨਾਈ ਜਾ ਰਹੀ ਹੈ। ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਕਿੱਦਾਂ ਦੀ ਸੁਰੱਖਿਆ ਕੀਤੀ ਗਈ ਹੈ, ਜਾਣਦੇ ਹਾਂ ਥਾਣਾ ਕਤਵਾਲੀ ਪ੍ਰਭਾਰੀ ਤੋਂ। ਸਰ, ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ? ਲੋਹੜੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਵੱਲੋਂ ਵਧੀਆ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਜਿਵੇਂ ਭੀੜ ਭਾੜ ਇਲਾਕੇ ਨੇ ਜਿੱਥੇ ਲੋਕਾਂ ਨੇ ਪਰਚੇਜ਼ ਵਗੈਰਾ ਕਰਨੇ, ਉੱਥੇ ਅਸੀਂ ਸਪੈਸ਼ਲ ਸਿਵਲ ਡਰੈਸ ਵੀ ਪੁਲਿਸ ਫੋਰਸ ਲਾਈ ਹੋਈ ਹੈ, ਨਾਕਾਬੰਦੀਆਂ ਕੀਤੀਆਂ ਹੋਈਆਂ ਜਿੰਨੇ ਸਾਡੇ ਏਰੀਆਜ਼, ਜਿੰਨੇ ਅਸੀਂ ਡੋਮੀਨੇਟ ਕਰਿਆ ਹੋਇਆ ਸਾਰਾ ਏਰੀਆ, ਸਾਡੇ ਵੱਲੋਂ ਮਤਲਬ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਕਿਤੇ ਨਾ ਕਿਤੇ ਪਟਿਆਲਾ ਪੁਲਿਸ ਵੱਲੋਂ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਪਟਿਆਲਾ ਦੇ ਵਿੱਚ। ਪਟਿਆਲਾ ਤੋਂ ਕੈਮਰਾਮੈਨ ਆਸ਼ੂ ਦੇ ਨਾਲ ਅਵਿਨਾਸ਼ ਕੰਬੋਜ, ਲਿਵਿੰਗ ਇੰਡੀਆ ਨਿਊਜ਼, ਪਟਿਆਲਾ।